ਅਗਰ ਇੱਕ ਵਾਰੀ ਆਸਟ੍ਰੇਲੀਆ ਦੀ ਰਿਫਿਊਜ਼ਲ ਆ ਗਈ ਤਾਂ ਦੁਬਾਰਾ ਚਾਂਸਿਸ ਆਲਮੋਸਟ ਜ਼ੀਰੋ ਹੋ ਜਾਂਦੇ ਆ ਵੀਜ਼ਾ ਲੈਣ ਦੇ, ਦੁਬਾਰਾ ਆਸਟ੍ਰੇਲੀਆ ਤੁਸੀਂ ਨਹੀਂ ਅਪਲਾਈ ਕਰ ਸਕਦੇ। ਦੇਖੋ ਸਭ ਤੋਂ ਪਹਿਲੀ ਚੀਜ਼ ਹੈ, ਅਗਰ ਅਸੀਂ ਆਸਟ੍ਰੇਲੀਆ 'ਚ ਅਪਲਾਈ ਕਰ ਰਹੇ ਹਾਂ ਤਾਂ ਸਾਨੂੰ ਮਾਈਂਡਸੈਟ ਆਪਣਾ ਇੱਕ ਸਮਝਣਾ ਪਏਗਾ ਕਿ ਅਸੀਂ ਕਰਨ ਕੀ ਜਾ ਰਹੇ ਹਾਂ। ਅਸੀਂ ਜਾ ਰਹੇ ਹਾਂ ਐਜ਼ ਆ ਸਟੂਡੈਂਟ, ਨਾ ਕਿ ਅਸੀਂ ਉੱਥੇ ਕੋਈ ਕੰਮ ਕਰਨ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲੀ ਚੀਜ਼ ਹੈ ਕਿ ਐਜ਼ ਆ ਸਟੂਡੈਂਟ ਜੋ ਵੀ ਤੁਹਾਡੀ ਪ੍ਰੋਫਾਈਲ ਹੈ ਉਹਦੇ ਅਕੋਰਡਿੰਗ ਆਪਣਾ ਕੋਰਸ ਚੂਜ਼ ਕਰੋ, ਠੀਕ ਹੈ ਜੀ। ਪਹਿਲੀ ਚੀਜ਼ ਇਹ ਹੈ। ਦੂਸਰੀ ਹੈ ਕਿ ਉਸ ਯੂਨੀਵਰਸਿਟੀ ਦੇ ਜਾਂ ਕੀ ਰਿਕੁਆਇਰਮੈਂਟਸ ਨੇ ਫਰਦਰ, GTEGS ਜਿਹਨਾਂ ਨੂੰ ਅਸੀਂ ਰਿਕੁਆਇਰਮੈਂਟਸ ਅੱਜ ਕੱਲ੍ਹ ਅਸੀਂ ਬੋਲ ਦਿੰਦੇ ਹਾਂ, ਕਿ ਡਾਕੂਮੈਂਟੇਸ਼ਨ ਫਰਦਰ ਕੀ ਚਾਹੀਦੀ ਆ, ਫਾਈਨੈਂਸ਼ੀਅਲਸ ਕੀ ਚਾਹੀਦੇ ਆ ਸਾਨੂੰ। ਸ਼ਾਰਟਕੱਟ ਕਿਤੇ ਵੀ ਨਹੀਂ ਹੈਗੇ ਸਰ, ਆਪਣਾ ਬੈਮ ਕੇ ਅਗਰ ਕੋਈ ਬੱਚਾ ਇਹ ਕਹਿੰਦਾ ਕਿ ਮੇਰੇ ਕੋਲ ਫੰਡ ਨਹੀਂ ਹੈਗੇ ਸਰ, ਤੁਸੀਂ ਦੇਖ ਲਓ ਅਗਰ ਕੁਛ ਹੋ ਸਕਦਾ, ਕੋਈ ਸ਼ਾਰਟਕੱਟਸ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਨਹੀਂ ਹੈ। ਬੱਚੇ ਮਿਸਗਾਈਡਿਡ ਬਹੁਤ ਹੈ, ਪੇਰੈਂਟਸ ਮਿਸਗਾਈਡਿਡ ਬਹੁਤ ਹੈ, ਉਹਨਾਂ ਨੂੰ ਲੱਗਦਾ ਕਿ ਏਜੰਟਸ ਨੇ ਇਹ ਕਰਤਾ ਕਿ ਫੰਡਿੰਗ ਬਹੁਤ ਚਾਹੀਦੀ ਹੈ, ਫੰਡਿੰਗ ਅਰੇਂਜ ਕਰਨੀ ਬਹੁਤ ਡਿਫਰੈਂਟ ਹੈ। ਪਰ ਜਦੋਂ ਸਾਡੇ ਕੋਲ ਪੇਰੈਂਟਸ ਆਉਂਦੇ ਆ, ਅਸੀਂ ਉਹਨਾਂ ਦੇ ਹੀ ਫੰਡਿੰਗ, ਉਹਨਾਂ ਦੀ ਹੀ ਐਨੂਅਲ ਇਨਕਮ ਦੇ ਵਿੱਚੋਂ ਉਹਨਾਂ ਨੂੰ ਸੋਲਿਊਸ਼ਨ ਲੱਭ ਕੇ ਦਿੰਦੇ ਹਾਂ ਕਿ ਤੁਸੀਂ ਕਿੱਦਾਂ ਫੰਡਸ ਦਿਖਾ ਸਕਦੇ ਹੋ। ਅਗਰ ਰਾਈਟ ਵੇ ਨਾਲ ਅੱਜ ਅਪਲਾਈ ਕਰਾਂਗੇ ਅਸੀਂ ਤਾਂ ਫਿਊਚਰ 'ਚ ਵੀ ਅਸੀਂ ਸੇਫ ਰਹਾਂਗੇ। ਯੂ ਨੈਵਰ ਨੋ ਹਾਈ ਕਮਿਸ਼ਨ ਕਦੋਂ ਦੁਬਾਰਾ ਬੱਚੇ ਦਾ ਇੰਟਰਵਿਊ ਕਰ ਲਏ ਉੱਥੇ ਬੈਠੇ ਵੀ, ਉਦੋਂ ਬੱਚੇ ਨੂੰ ਇਹੀ ਨਾ ਪਤਾ ਹੋਵੇ ਮੈਂ ਕੀ ਫੰਡਸ ਦਿਖਾ ਕੇ ਆਇਆ ਸੀਗਾ, ਔਰ ਬੱਚਾ ਆਂਸਰ ਹੀ ਨਾ ਦੇ ਸਕੇ। ਤਾਂ ਯੂ ਨੈਵਰ ਨੋ ਕਿ ਉੱਥੋਂ ਹੀ ਬੱਚੇ ਨੂੰ ਦੁਬਾਰਾ ਵਾਪਸ ਭੇਜ ਦੇਣ। ਇਸ ਤੋਂ ਚੰਗਾ ਇਹ ਹੈ ਕਿ ਆਪਾਂ ਹੁਣ ਪ੍ਰੋਪਰ ਵੇ ਦੇ ਨਾਲ ਫਾਈਲਿੰਗ ਕਰੀਏ। ਅਗਰ ਬੱਚਾ ਅਪਲਾਈ ਕਰ ਰਿਹਾ, ਪਹਿਲਾਂ ਤਾਂ ਕੋਰਸ ਅੱਛਾ ਵਾਈਜ਼ਲੀ ਆਪਣੀ ਬੈਕਗਰਾਊਂਡ ਦੇ ਨਾਲ ਸਿਲੈਕਟ ਕਰੇ। ਫਿਰ ਪੇਰੈਂਟਸ ਦੀ ਇਹ ਰਿਸਪੋਂਸੀਬਿਲਟੀ ਬਣਦੀ ਹੈ ਕਿ ਜਿਹੜੇ ਫਾਈਨੈਂਸ਼ੀਅਲਸ ਹੈ ਉਹ ਪ੍ਰੋਪਰ, ਜਿੱਦਾਂ ਅਸੀਂ ਡਾਕੂਮੈਂਟ ਗਾਈਡ ਕਰ ਰਹੇ ਹਾਂ ਉਹਦੇ ਅਕੋਰਡਿੰਗ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰਨ, ਆਪਣੀ ਇਨਕਮ ਟੈਕਸ ਰਿਟਰਨਾਂ ਫਾਈਲ ਕਰਨ, ਆਪਣੇ GST ਅਗਰ ਬਿਜ਼ਨਸ ਹੈ ਜਾਂ GST ਨੰਬਰ ਲੈ ਕੇ ਰੱਖਣ, ਅਗਰ MSME ਸਰਟੀਫਿਕੇਟ ਉਹ ਪੁਰਾਣਾ ਰਜਿਸਟਰਡ ਕਰਵਾ ਕੇ ਰੱਖੋ, ਕਰੰਟ ਅਕਾਊਂਟ ਸਟੇਟਮੈਂਟ ਹੋਵੇ। ਅਗਰ ਤੁਸੀਂ ਬੱਚੇ ਦੇ ਫਿਊਚਰ ਦੇ ਨਾਲ, ਫਿਊਚਰ ਦੇਖ ਰਹੇ ਹੋ, ਇੱਕ ਬ੍ਰਾਈਟ ਫਿਊਚਰ ਕਿਸੇ ਫੋਰਨ ਕੰਟਰੀ ਦੇ ਵਿੱਚ, ਉਹ ਚਾਹੇ ਕੋਈ ਵੀ ਹੈ, ਤਾਂ ਤੁਹਾਨੂੰ ਵੀ ਬੱਚੇ ਦੇ ਨਾਲ ਉਨਾ ਹੀ ਪ੍ਰਿਪੇਅਰ ਹੋ ਕੇ ਚੱਲਣਾ ਪਏਗਾ ਕਿ ਬੱਚੇ ਨੂੰ ਕੱਲ੍ਹ ਨੂੰ ਵੀਜ਼ਾ ਮਿਲ ਸਕੇ। ਬੱਚੇ ਦੇ ਇਕੱਲੇ ਨੰਬਰਾਂ ਦੇ ਨਾਲ ਵੀਜ਼ਾ ਨਹੀਂ ਆਏਗਾ, ਫਾਈਨੈਂਸ਼ੀਅਲਸ ਵੀ ਪ੍ਰੋਪਰ ਹੋਣੇ ਚਾਹੀਦੇ ਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਜਿਹੜੀਆਂ ਮੈਨੂੰ ਲੱਗਦਾ ਕਿ ਜਦੋਂ ਕੋਈ ਬੱਚਾ ਕਾਉਂਸਲਿੰਗ ਲੈਣ ਆਉਂਦਾ ਆਫਿਸ ਦੇ ਵਿੱਚ, ਉਹਨੂੰ ਵੈਰੀ ਫਸਟ ਡੇ ਉਹਦੇ ਪੇਰੈਂਟਸ ਨੂੰ ਜਾਂ ਬੱਚੇ ਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਕੰਸਲਟੈਂਟ ਨੂੰ, ਤਾਂ ਜੋ ਬੱਚਾ ਪਹਿਲੇ ਦਿਨ ਹੀ ਆਫਰ ਲੈਟਰ ਅਪਲਾਈ ਕਰਨ ਤੋਂ ਬਾਅਦ ਆਪਣੇ ਫਾਈਨੈਂਸ਼ੀਅਲਸ 'ਤੇ ਕੰਮ ਕਰ ਸਕੇ ਔਰ ਰਿਫਿਊਜ਼ਲ ਤੋਂ ਬਚ ਸਕੇ। ਦੇਖੋ ਕੋਰਸਿਸ ਵੀ ਗਲਤ ਸਿਲੈਕਟ ਕਰ ਲੈਂਦੇ ਔਰ ਕਾਲਜਿਸ ਵੀ ਗਲਤ ਸਿਲੈਕਟ ਕਰ ਲੈਂਦੇ। ਕਈ ਵਾਰੀ ਸਾਡੇ ਕੋਲ ਬੱਚੇ ਇੰਨੀ ਵਧੀਆ ਪ੍ਰੋਫਾਈਲ ਵਾਲੇ ਬੱਚੇ ਹੁੰਦੇ ਆ, 90-90% 7 ਬੈਂਡਸ, ਆਈ ਡੋਂਟ ਨੋ ਬੱਚੇ ਕਿੱਦਾਂ ਕੰਸਲਟੈਂਟਸ ਕੋਲ ਜਾ ਕੇ ਆਪਣੀ ਪ੍ਰੋਫਾਈਲ ਅਸੈਸ ਕਰਵਾਉਂਦੇ, ਉਹਨਾਂ ਨੂੰ ਕਿਸੇ ਵੀ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿੰਦੇ ਆ ਸਿਰਫ ਇਹ ਦੱਸ ਕੇ ਕਿ ਉੱਥੇ ਫੀਸ ਘੱਟ ਹੈ, ਤੁਹਾਨੂੰ ਕਾਲਜ ਘੱਟ ਜਾਣਾ ਪਏਗਾ, ਤੁਹਾਨੂੰ ਜ਼ਿਆਦਾ ਅਸਾਈਨਮੈਂਟਸ ਨਹੀਂ ਬਣਾਉਣੀਆਂ ਪੈਣਗੀਆਂ। ਔਰ ਬੱਚੇ ਵੀ ਮੈਨੂੰ ਨਹੀਂ ਸਮਝ ਆਉਂਦਾ ਕਿ ਕਿਉਂ ਇਹ ਸ਼ਾਰਟਕੱਟਸ ਦੇ ਥਰੂ ਜਾਣਾ ਚਾਹੁੰਦੇ ਆ। ਦੇਖੋ ਅਗਰ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾ ਰਹੇ ਹੋ ਔਰ ਅੱਛਾ ਕੋਰਸ ਕਰੋਗੇ ਉੱਥੇ, ਤੁਹਾਨੂੰ ਵਾਈਟ ਕਾਲਰ ਜੋਬਸ ਵੀ ਮਿਲਣਗੀਆਂ, ਅੱਛੀ ਜੋਬ ਕਰੋਗੇ, ਫਿਊਚਰ ਬ੍ਰਾਈਟ ਹੋਏਗਾ। ਯੈਸ, ਇਨੀਸ਼ਲੀ ਕਈ ਵਾਰੀ ਬੱਚੇ ਨੂੰ ਲੱਗਦਾ ਕਿ ਜਿਹੜਾ ਕੋਈ ਬੱਚਾ ਕਾਲਜ 'ਚ ਪੜ੍ਹ ਰਿਹਾ, ਪ੍ਰਾਈਵੇਟ ਕਾਲਜ 'ਚ, ਉਹਨੂੰ ਤਾਂ ਪੜ੍ਹਨਾ ਨਹੀਂ ਪੈ ਰਿਹਾ ਜਾਂ ਅਸਾਈਨਮੈਂਟਸ ਨਹੀਂ ਦੇਣੀਆਂ ਪੈ ਰਹੀਆਂ, ਮੈਨੂੰ ਤਾਂ ਇੰਨਾ ਪੜ੍ਹਨਾ ਪੈ ਰਿਹਾ, ਮੈਨੂੰ ਰੋਜ਼ ਯੂਨੀਵਰਸਿਟੀ ਜਾਣਾ ਪੈ ਰਿਹਾ। ਬਟ ਦਾ ਥਿੰਗ ਇਜ਼ ਕਿ ਜਿਹੜਾ ਬੱਚਾ ਹੁਣ ਪੜ੍ਹ ਲੇਗਾ ਪਹਿਲੇ 2-3 ਸਾਲ, ਉਹ ਫਿਊਚਰ ਦੇ ਵਿੱਚ ਆਟੋਮੈਟਿਕਲੀ ਚੀਜ਼ਾਂ ਉਹਦੇ ਲਈ ਟਰੈਕ 'ਤੇ ਆ ਜਾਣਗੀਆਂ, ਜੋਬ ਵੀ ਅੱਛੀ ਮਿਲੇਗੀ ਫਿਊਚਰ ਦੇ ਵਿੱਚ ਔਰ ਪੈਸੇ ਵੀ ਅੱਛੇ ਕਮਾਏਗਾ ਬੱਚਾ ਜਦੋਂ ਉਹਦੇ ਪੈਕੇਜਸ ਵੱਧਦੇ ਜਾਣਗੇ ਟਾਈਮ ਦੇ ਨਾਲ। ਕੋਈ ਵੀ ਬੈਕਗਰਾਊਂਡ ਦਾ ਬੱਚਾ ਹੈ ਜਦੋਂ ਮੈਂ ਉਹ ਨਵੰਬਰ ਇਨਟੇਕ ਦੇ ਵਿੱਚ ਅਪਲਾਈ ਕਰ ਸਕਦਾ ਹੈ, ਆਰਟਸ, ਕਮਰਸ, ਨਾਨ ਮੈਡੀਕਲ, ਮੈਡੀਕਲ, ਕੋਈ ਵੀ ਬੱਚਾ, ਹਰ ਬੱਚੇ ਵਾਸਤੇ ਯੂਨੀਵਰਸਿਟੀਜ਼ ਦੇ ਵਿੱਚ ਕੋਰਸਿਸ ਅਵੇਲੇਬਲ ਨੇ, ਸਕਾਲਰਸ਼ਿਪਸ ਅਵੇਲੇਬਲ ਨੇ ਔਰ ਹਾਈ ਕਮਿਸ਼ਨ ਵੀ ਬਹੁਤ ਅੱਛੇ ਵੀਜ਼ਾਸ ਦੇ ਰਿਹਾ। ਸਕਾਲਰਸ਼ਿਪਸ ਅੱਛੀਆਂ ਦੇਣ ਦਾ ਮਤਲਬ ਇਹੀ ਹੈ ਕਿ ਯੂਨੀਵਰਸਿਟੀਜ਼ ਵੀ ਚਾਹੁੰਦੀਆਂ ਕਿ ਬੱਚਾ ਬੈਕਆਊਟ ਨਾ ਕਰੇ, ਉਹਦੇ ਘਰ ਆਫਰ ਲੈਟਰ ਹੈ ਤਾਂ ਬੱਚਾ ਫੀਸ ਡਿਪੋਜ਼ਿਟ ਕਰਾਏ, ਵੀਜ਼ਾ ਲਏ ਔਰ ਸਾਡੇ ਕੋਲ ਪੜ੍ਹਨ ਆਏ। ਤਾਂ ਮੈਨੂੰ ਲੱਗਦਾ ਕਿ ਅਗਰ ਕੋਈ ਵੀ ਬੱਚਾ ਇੰਟਰਸਟਿਡ ਹੈ
ਆਸਟ੍ਰੇਲੀਆ ਜਾਣ ਲਈ ਤੁਹਾਨੂੰ ਨਵੰਬਰ ਇਨਟੇਕ ਮਿਸ ਨਹੀਂ ਕਰਨਾ ਚਾਹੀਦਾ, ਬਹੁਤ ਬਹੁਤ ਅੱਛੀ ਓਪਰਚੁਨਿਟੀ ਹੈ ਬੱਚੇ ਕੋਲ ਨਵੰਬਰ ਇਨਟੇਕ ਦੀ, ਕਿਉਂਕਿ ਇਨ ਐਨੀ ਕੇਸ ਅਗਰ ਕੋਈ 0.1% 2% ਬੱਚਿਆਂ ਦਾ ਨਵੰਬਰ 'ਚ ਨਹੀਂ ਵੀ ਬਣਦਾ, ਐਟਲੀਸਟ ਉਹਦੇ ਕੋਲ ਜਨਵਰੀ ਇਨਟੇਕ ਐਜ਼ ਅ ਬੈਕਅਪ ਆਪਸ਼ਨ ਹੈਗਾ। ਤਾਂ ਮੈਂ ਇਹ ਕਹਿੰਦਾ ਕਿ ਨਵੰਬਰ ਦੇ ਵਿੱਚ ਹਰ ਬੱਚਾ ਅਪਲਾਈ ਕਰੇ ਔਰ ਹਾਈ ਕਮਿਸ਼ਨ ਵੀ ਤੁਹਾਨੂੰ ਖੁਸ਼ ਹੋ ਕੇ ਵੀਜ਼ਾ ਦੇਵੇਗਾ।